ਸਤਿ ਸ਼੍ਰੀ ਅਕਾਲ ਭਾਅ ਜੀ ਸਾਰਿਆਂ ਨੂੰ। ਲਓ ਜੀ ਵੈਲਕਮ ਅੱਜ ਦੀ ਵਲੋਗ 'ਚ। ਅੱਜ ਲੱਗੇ ਹਾਂ ਵੀਰ ਕਣਕ ਬੀਜਣ, ਅਤੇ ਬੀਜ ਤਾਂ ਵੈਸੇ ਕਿੱਲਾ ਗਾ, ਆ ਬੀਜ ਹੁਣ ਪਾਇਆ ਦੁਬਾਰਾ, ਅਤੇ ਰੇਹ ਲੈਣ ਗਿਆ ਹੋਇਆ ਮੁੰਡਾ ਪਾਉਣ ਲੱਗੇ ਹਾਂ। ਪਾਪੂਲਰਾਂ ਦੇ ਵਿੱਚ ਬਿਜਾਈ ਚੱਲ ਰਹੀ ਹੈ ਜੀ ਸੁਪਰ ਸੀਡਰ ਨਾਲ। ਇੱਥੋਂ ਆਪਾਂ ਨੇ ਜੀ ਗੰਨਾ ਵੱਢਿਆ ਸੀਗਾ, ਬੀਜ ਵਾਸਤੇ ਲੈ ਗਿਆ ਸੀ ਵੀਰ, ਖੇਤ ਹੋ ਗਿਆ ਸੀਗਾ ਵਿਹਲਾ। ਇਹ ਪਾਪੂਲਰ ਪੂਪਲਰ ਹੈ ਵਿੱਚ ਲੱਗੇ ਹੋਏ ਆ, 1.5 ਸਾਲ ਦੇ ਹੋ ਗਏ ਇਹ, 1.25 ਸਾਲ ਦੇ ਗਾਂ ਫਰਵਰੀ ਜਾ ਕੇ ਮਤਲਬ 2 ਸਾਲ ਦੇ ਹੋਣਾ ਇਹਨਾਂ ਨੇ। ਬਾਕੀ ਕਣਕ ਕਰੇ ਜੀ ਆਪਾਂ ਨੇ 40 ਕਿਲੋ, ਅਤੇ DAP ਹੈਗਾ 45 ਕਿਲੋ ਕਣਕ ਦੁਬਾਰਾ ਪਾਈ ਆ, ਅਤੇ DAP ਲਿਆਉਣ ਗਿਆ ਹੋਇਆ ਮੁੰਡਾ, ਉਹ ਆ ਰਿਹਾ। ਇੱਧਰ ਆਲੂ ਲੱਗੇ ਹੋਏ ਨੇ, ਮਾਮਾ ਲੱਗਿਆ ਹੋਇਆ ਬਾਹਣ ਪਿੱਛੇ ਉੱਪਰ, ਫਿਰ ਉਹਨਾਂ ਨੂੰ ਵੀ ਇੱਕ ਇੱਕ ਪਾੜ ਮਾਰਤੀ ਉਹਨਾਂ ਵਿੱਚ, ਇਹਨਾਂ 'ਚ ਵੈਸੇ ਬੀਜੀ ਹੋਈ ਸੀਗੀ ਪਹਿਲਾਂ, ਅਤੇ ਹੁਣ ਵੱਧ ਬੀਜ ਦੇਣੇ ਜਿੰਨੇ ਕੁ ਬੀਜ ਹੋਈ, ਫਿਰ ਪੱਤੇ ਪੁੱਤੇ ਗਿਰੀ ਜਾਂਦੇ ਉੱਪਰੋਂ। ਚਲੋ ਬਾਕੀ ਤੁਹਾਨੂੰ ਦਿਖਾਉਂਦੇ ਆ, ਨਿਊ ਹੋਲੈਂਡ ਚੱਲਦਾ ਜੀ, ਦੂਏ ਲੋਹ 'ਚ ਵਾਹੇ ਹੋਏ 'ਚ, ਇਹਦੇ 'ਚ ਥੋੜ੍ਹੀ ਪੱਤੀ ਜ਼ਿਆਦਾ ਵੀ, ਚਲੋ ਵਧੀਆ ਪੱਤੀਆਂ ਵਿੱਚ ਮਲਾਈ ਜਾਂਦਾ। ਲਓ ਜੀ ਬੰਦਾ ਚਾਹ ਲੈ ਕੇ ਆ ਗਿਆ, UV ਸਿੰਘ ਖੜਾ। ਮੈਂ ਖੇਤ ਹੋ ਗਿਆ ਜੀ ਕੰਪਲੀਟ, ਇਹ ਮੈਂ ਚਾਹ ਪੀ ਲਈਏ, ਮੈਂ ਫਿਰ ਉਹ ਪਿੱਛੇ ਜਿਹੜਾ ਖਾਲੀ ਖੇਤ ਹੈ ਤਾਂ ਉੱਥੇ ਜਾਣਾ। ਲਓ ਜੀ ਗੋਭੀ ਸਰੋਂ ਦਾ ਚੱਲ ਰਿਹਾ ਪ੍ਰੋਜੈਕਟ, ਆ 2 ਖੇਤਾਂ 'ਚ, ਇੱਕ ਆਹ ਖੁੱਲ੍ਹੇ ਚਾਰ ਉੱਧਰ ਥੱਲੇ, ਇਹ ਗੋਭੀ ਸਰੋਂ ਹੀ ਲਾਉਣੀ ਹੈ। ਲਾਤੀ ਮਤਲਬ ਛਿੱਟਾ ਲਾਤਾ ਸੀਗਾ ਪਹਿਲਾਂ, ਆ ਚੱਕਾ ਜਿਹਾ ਉੱਪਰ ਚੱਕ ਕੇ ਬਸ ਖੇਤ ਵਾਹਤਾ। ਕਿਤੇ ਦੇਖਦਾ ਹੋਊਗਾ, ਯੂਰੀਏ ਦੇ ਨਾਲ ਰਲਾ ਕੇ ਛਿੱਟਾ ਦੇ ਦਿੱਤਾ ਭਈਏ ਨੇ, ਓਕੇ ਹੋ ਗਿਆ ਕੰਮ, ਮਾੜੀ ਮਾੜੀ ਜਿਹੀ ਰਲਾ ਦਿੱਤੀ ਆ। ਮੈਂ ਚੱਲ ਰਿਹਾ ਟਰੈਕਟਰ ਦੂਏ ਲੋਹ 'ਚ, ਆ ਪਰਾਲੀ ਦੇਖੋ ਪਰ ਦੂਏ ਲੋਹ 'ਚ ਕਿੱਥੇ ਆ, ਐਵੇਂ ਵਿੱਚ ਰਲਾ ਦਿੰਦਾ। ਨਿਬੜ ਗਿਆ ਖੇਤ ਵਾ ਥੱਲੇ ਆ ਫਿਰ। ਚਲੋ ਠੀਕ ਹੈ ਜੀ। ਲਓ ਜੀ ਬਾਈ ਆ ਪਰਾਲੀ ਪਰੂਲੀ ਵਿੱਚੇ ਪਹਿਲਾਂ ਤਵੀਆਂ ਨਾਲ ਪਾੜ ਪਾਈ ਹੋਈ ਆ, ਤੁਸੀਂ ਦੇਖ ਲਓ ਆ ਕਿਤੇ ਕਿਤੇ ਰਹਿੰਦੀ ਆ ਮਤਲਬ, ਪਰ ਜੇ ਨਾ ਆਪਾਂ SMS ਲਾ ਕੇ ਬੜਾਈਏ ਤਾਂ ਤੁਸੀਂ ਮੰਨੇਗੇ ਚਲੋ ਪਰਾਲੀ ਜਮ੍ਹਾਂ ਹੀ ਨਹੀਂ ਰਹੂਗੀ ਭਾਵੇਂ ਕਣਕੇ ਬੀਜਣੀ ਹੋਵੇ। ਹੁਣ ਵੀ ਜੇ ਵਿੱਚ ਰਲਾਉਣੀ ਹੋਈ ਆ ਤਾਂ ਥੋੜ੍ਹੀ ਜਿਹੀ ਲਿਫਟ ਹੋਰ ਛੱਡ ਦਿਓ, ਇਹਨੇ ਵਿੱਚ ਰਲਾ ਦੇਣੀ, ਪਰ ਆਪਣੇ ਬੰਦੇ ਮੰਨਦੇ ਨਹੀਂ ਹੈਗੇ, ਗੁੱਜਰਾਂ ਨੂੰ ਚੁਕਾਉਂਦੇ ਆ ਸਮਾਨ ਚੱਕਾ ਵੀ ਚਲੋ ਵੀ ਚੱਕੋ। ਅਸੀਂ ਵੀ ਚੁਕਾਏ ਪਰ ਅਸੀਂ ਆਲੂ ਲਾਉਣੇ ਸੀਗੇ, ਪਰ ਜਿੱਥੇ ਨਹੀਂ ਆਲੂ ਲਾਉਣੇ ਉੱਥੇ ਵਿੱਚੇ ਵਾਹ ਕੇ ਬੀਜਿਆ, ਬਹੁਤ ਫਰਕ ਪੈਂਦਾ ਦੇਖੋ, ਟਰੈਕਟਰ ਨੂੰ ਵੀ ਪਤਾ ਲੱਗਦਾ ਕਿੱਥੇ।
ਕਿੱਥੇ ਪਰਾਲੀ ਕਿੱਥੇ ਗਈ ਹੈ ਆਹ ਭਈਆ ਤੁਹਾਨੂੰ ਦਿਖਾਵਾਂ। ਜੇ ਤਾਂ ਕਣਕ ਬੀਜਣੀ ਹੈ ਫਿਰ ਤਾਂ ਕੋਈ ਟੈਨਸ਼ਨ ਹੀ ਨਹੀਂ ਹੈਗੀ, ਫਿਰ ਤਾਂ ਇੱਥੇ ਸਿਆੜ ਆ ਗਿਆ ਹਡੂੰਗੇ। ਪਰਾਲੀ ਦਾ ਕੀ ਚੱਕਰ ਆ, ਆਹ ਦੇਖੋ ਆਹ ਪਿੱਛੇ ਦਾਣਾ ਉਹਨੇ ਪਾਈ ਜਾਣਾ, ਜਿੱਥੇ ਪਰਾਲੀ ਹੈ ਨਾ ਉੱਥੇ ਤੁਹਾਨੂੰ ਦਿਖਾਉਣਾ ਲੰਘਦੇ। ਬਾਕੀ ਆਹ ਪਰਾਲੀ ਉੱਪਰ ਦਿਖਦੀ ਹੈ ਇਹਨੇ, ਕੋਈ ਚੱਕਰ ਨਹੀਂ ਹੈ ਗਲ ਕੋਲ ਜਾਣਾ ਆਪੇ। ਦੇਖੋ ਐਨ ਵਧੀਆ ਐਨ ਰਲਾਤੀ ਨਾਲ ਵਿਛਾਤੀ ਥੱਲੇ ਫੇਸ 'ਚ। ਦੂਜਾ ਖੇਤ ਲੱਗਿਆ ਬੀਜਣ, ਚੱਲ ਰਿਹਾ ਕੰਮ। ਦੇਖੋ ਸਫਾਈ ਬਸ ਆਹੀ ਰਹਿ ਗਿਆ ਜੀ, ਖੇਤ ਇੱਕ ਪਾਉਣ ਨੂੰ ਹਜੇ, ਉਸ ਤੋਂ ਬਾਅਦ ਫਿਰ ਗਾਹਾਂ ਕਣਕ ਬੀਜਣੀ ਹੈ। ਚਲੋ ਲਾਉਣ ਦੋ ਮੁੰਡੇ ਨੂੰ ਗੇੜੇ। ਠੀਕ ਹੈ ਜੀ, ਲਓ ਜੀ ਚੱਕਦਾ ਕੰਮ। ਇੱਧਰ ਵੀ ਆਹ ਰਹਿ ਗਏ ਦੋ ਕਸਿਆੜ, ਹੋ ਗਿਆ ਕੰਮ ਓਕੇ। ਬਈ ਤੋਂ ਬਾਅਦ ਫਿਰ ਇੱਧਰ ਫਿਰ ਪਾਪੂਲਰ 'ਚ ਲਾਉਣੀ ਆ, ਬਸ ਫਿਰ ਪਿੰਡ ਮੈਂ 5-6 ਕਿੱਲੇ ਬੀਜ ਹੋ ਜਾਣੇ ਅੱਜ ਵਾਧੂ ਆ। ਬਾਕੀ ਦਾ ਫਿਰ ਹੁਣ ਕਿੱਲਾ ਕੁ ਆਹ ਬਾਜਰਾ ਰਹਿ ਗਿਆ, ਇਹਦੇ ਪਰਲੇ ਪਾਸੇ ਇੱਕ ਹੋਰ ਰਹਿ ਗਿਆ ਖੇਤ, ਇੱਕ ਕਿੱਲਾ ਰਹਿ ਜਾਣਾ, ਬਾਕੀ ਗੰਨਾ ਵੱਢ ਕੇ ਲੱਗਣੇ ਆ ਜੀ।